ਇਹ ਦਾਦਾ ਸਾਹਿਬ ਦੀ ਕਸ਼ਫੁਲ ਮਾਜੂਬ ਸ਼ਰੀਫ ਹੈ, ਜਿਹਦੇ ਵਿੱਚ ਪਰਦਿਆਂ ਤੋਂ ਕੱਪੜਾ ਹਟਾਇਆ ਗਿਆ, ਛੁਪੀ ਹੋਈ ਚੀਜ਼ਾਂ ਤੋਂ ਪਰਦਾ, ਨਾ ਹੀ ਇਹਦਾ ਇਹ ਵੀ ਕਸ਼ਫੁਲ ਮਾਜੂਬ, ਛੁਪੀਆਂ ਹੋਈ ਚੀਜ਼ਾਂ ਖੋਲ੍ਹ ਦਿੱਤੀਆਂ ਗਈਆਂ, ਇਹਦਾ ਮਨ ਇਹ ਵੀ ਇਹ ਕਸ਼ਫੁਲ ਮਾਜੂਬ ਦਾ। ਇਹਦੇ ਵਿੱਚ ਲਿਖਿਆ ਫਰਮਾਇਆ, ਜੋ ਕਾਮਿਲ ਸੂਫੀ ਦੇਖਣਾ ਚਾਹਤਾ ਹੈ ਵੋ ਸਿੱਦੀਕ ਅਕਬਰ ਕੋ ਦੇਖ। ਕਿਉਂ ਜੀ? ਤੋ ਸੂਫੀ ਆ ਗਈ ਫਿਰ ਤਾਲੀਮ ਕਿਆ ਹੈ? ਕਿਉਂ ਜੀ? ਵੱਡੇ ਸੂਫੀ, ਸੂਫੀ ਤੋਂ ਵੋ ਹੋਤਾ ਹੈ ਜੋ ਚਾਰੋਂ ਤਰਫ ਜੰਗ ਛੇੜ ਦੇਤਾ ਹੈ। ਹਜ਼ਰਤ ਉਮਰ ਆ ਗਿਆ, ਉਹਨੇ ਕਿਹਾ ਕੀ ਕਰੂ? ਫਰਮਾਇਆ ਪਿੱਛੇ ਹਟੋ। ਕਿਆ ਕਰਨ ਲੱਗਾ? ਪਿੱਛੇ ਹਟੋ। ਉਹਨੇ ਕਿਹਾ ਲਸ਼ਕਰ ਉਹ ਸਾਹਮਣ ਨਾ ਭੇਜੋ। ਫਰਮਾਇਆ ਉਹ ਵੀ ਜਾਏਗਾ। ਕਿਆਦਤ ਬਦਲੋ ਤਾਂ ਫਰਮਾਇਆ ਉਹ ਵੀ ਨਹੀਂ ਹੋਗਾ। ਜੋ ਮਾਨੀ ਨੇ ਜ਼ਕਾਤ ਹੈ ਜਿਹਾਦ, ਫਰਮਾਇਆ ਉਨਕੇ ਖਿਲਾਫ਼ ਵੀ ਹੋਗੀ। ਯੇ ਨਾ ਕਰ, ਫਰਮਾਇਆ ਸਭ ਕੁਛ ਹੋਗਾ। ਸੂਫੀ ਤੋਂ ਵੋ ਹੋਤਾ ਹੈ ਉਮੁਲ ਮੋਮਿਨੀਨ ਹਜ਼ਰਤ ਸੈਯਦਾ ਤੈਯਬਾ ਤਾਹਿਰਾ। ਹਜ਼ਰਤ ਆਸ਼ਾ ਸਿੱਦੀਕਾ ਫਰਮਾਤੀ ਹੈ, ਮੇਰੇ ਅੱਬਾ ਜੀ ਪਰ ਵੋ ਮੁਸੀਬਤਾਂ ਆਈ, ਪਹਾੜੋਂ ਪਰ ਵੀ ਆਤੇ ਤੋ ਵੋ ਵੀ ਪਿਘਲ ਜਾਤੇ। ਆਜ ਉਨਕੇ ਬਾਰੇ ਮੇਂ ਕੋਈ ਬਾਤ ਕਰੇ, ਇਹ ਨਹੀਂ ਹੋਗਾ। ਉਹਨੀ ਕੀ ਸ਼ਾਨੇ ਰਹੇਗੀ? ਸੂਰਜ ਦੀ ਤਰਫ਼ ਥੁੱਕਣ ਵਾਲਾ ਥੁੱਕ ਉਹਦੇ ਮੂੰਹ ਉੱਤੇ ਹੀ ਪੈਂਦੇ। ਹਾਂਜੀ, ਅਤੇ ਚੰਨ ਨੂੰ ਭੌਂਕਣ ਵਾਲਾ ਕੁੱਤਾ ਜਿਹੜਾ, ਉਹ ਚੰਨ ਦੇ ਕਿਹੜੇ ਤੱਕ? ਉਹ ਤਾਂ ਨੂਰ ਬਰਸਾ ਰਿਹਾ ਹੁੰਦਾ, ਥੱਲੋ ਉਹਦੇ ਆਊ ਆਊ ਕਰਨ ਨਾਲ ਕੋਈ ਥੋੜ੍ਹਾ ਕੁਝ ਹੁੰਦਾ। ਸਿੱਦੀਕ ਸਿੱਦੀਕਨ, ਯਾਨੀ ਉਸ ਅਫਜ਼ਲ ਉਲ ਖਲਕ ਬਾਦਰ ਰਸੁਲ ਸਾਨੀ ਅਸਨੈ ਨੇ ਹਿਜਰਤ ਪੇ ਲਾਖੋਂ ਅਸਦਕ ਉਸ ਸਾਦਿਕੀਨ ਸੈਯਦ ਉਲ ਮੁਤਕੀਨ ਚਸ਼ਮੋ ਗੋਸ਼ੇ ਵਜ਼ਾਰਤ ਸਾਇਆ ਮੁਸਤਫਾ ਔਰ ਮਾਇਆ ਇਸਤਫਾ ਇਸ ਜ਼ੋ ਨਾਜ਼ ਖਿਲਾਫਤ ਪੇ ਲਾਖੋਂ।